ਆਰੋਪੀਆਂ ਵਿੱਚੋਂ ਇੱਕ ਲੜਕਾ ਮਿਲਿਆ। ਇਹ ਲੜਕਾ ਇਸ ਨੂੰ ਪਹਿਲਾਂ ਤੋਂ ਜਾਣਦਾ ਸੀ। ਆਰੋਪੀ ਲੜਕੀ ਨੂੰ ਸਕੂਟਰ ਤੇ ਬਿਠਾ ਕੇ ਇੱਕ ਸੁਨਸਾਨ ਕਮਰੇ 'ਚ ਲੈ ਗਿਆ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਹੁਣ ਆਰੋਪੀ ਗ੍ਰਿਫਤਾਰ ਕਰ ਲਏ ਗਏ ਹਨ। ਮੁਕਦਮਾ ਦਰਜ ਕਰ ਲਿਆ ਗਿਆ ਔਰ ਤਿੰਨ ਵਿਅਕਤੀਆਂ ਕੋ ਜੋ ਵੀ ਆਰੋਪੀ ਹੈ ਉਨਕੋ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਪੀੜਤਾ ਕਾ ਮੈਡੀਕਲ ਕਰਵਾਇਆ ਜਾ ਰਹਾ ਹੈ ਔਰ ਅਨਵੇਸ਼ਣ ਜੋ ਹੈ ਉਹ ਜਾਰੀ ਹੈ ਗਹਿਰਤਾ ਸੇ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ਦੇ ਮਹਿਜ 10 ਘੰਟਿਆਂ ਦੇ ਅੰਦਰ ਹੀ ਆਰੋਪੀ ਨੂੰ ਕਾਬੂ ਕਰ ਲਿਆ। ਪੁਲਿਸ ਹੁਣ ਪੀੜਿਤ ਲੜਕੀ ਦਾ ਮੈਡੀਕਲ ਕਰਵਾ ਕੇ ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਦੇ ਇੱਕ ਕਾਂਸਟੇਬਲ ਨੇ ਨਾਜਾਇਜ਼ ਸਬੰਧਾਂ ਦੇ ਚਲਦੇ ਆਪਣੀ ਪ੍ਰੇਮਿਕਾ ਅਤੇ ਉਸ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਦੇ ਬਾਅਦ ਭਜਨ ਸਿੰਘ ਨਾਮ ਦੇ ਇਸ ਕਾਂਸਟੇਬਲ ਨੇ ਟ੍ਰੇਨ ਦੇ ਅੱਗੇ ਖੁਦਕੁਸ਼ੀ ਕਰ ਲਈ। ਥਾਣਾ ਸਦਰ ਦੇ ਪ੍ਰਭਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਭਜਨ ਸਿੰਘ ਨੇ ਆਪਣੀ ਪ੍ਰੇਮਿਕਾ ਭੁਪਿੰਦਰ ਕੌਰ ਨੂੰ ਮਕਾਨ ਵੀ ਬਣਵਾ ਕੇ ਦਿੱਤਾ ਸੀ। ਪਹਿਲਾਂ ਨਾਜਾਇਜ਼ ਸਬੰਧਾਂ ਦੌਰਾਨ ਨੇ ਇਹਨਾਂ ਨੂੰ ਘਰ ਵੀ ਬਣਾ ਕੇ ਦਿੱਤਾ ਤੇ ਹੁਣ ਇਹਨਾਂ ਤੋਂ ਪੈਸੇ ਦੀ ਮੰਗ ਕਰਦਾ ਸੀਗਾ। ਪਤਾ ਚੱਲਿਆ ਕਿ ਅੱਗੇ ਵੀ ਕਈ ਵਾਰ ਇਹਨਾਂ ਦਾ ਝਗੜਾ ਹੋਇਆ, ਇਹਨੇ ਇਸੇ ਮਤਲਬ ਕਾਰਨ ਕਰਕੇ ਵੀ ਪੈਸੇ ਉਹ ਨਹੀਂ ਦਿੰਦੇ ਸੀ, ਵਾਪਸ ਨਹੀਂ ਕਰ ਰਹੇ ਸੀ। ਇਹਨੇ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਅਸਲਾ ਲਿਆ ਕੇ ਕਾਰਬਿਨ ਲਿਆ ਕੇ ਇਹਨਾਂ ਦੇ ਕਮਰੇ ਵਿੱਚ ਗੋਲੀ ਚਲਾ ਦਿੱਤੀ, ਜਿੱਥੇ ਇਹਨਾਂ ਦੋਵਾਂ ਪਤੀ ਔਰ ਪਤਨੀ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇਸ ਦੇ ਖਿਲਾਫ਼ ਪਰਚਾ ਦਰਜ ਰਜਿਸਟਰ ਕੀਤਾ ਗਿਆ ਅਤੇ ਫਿਰ ਇਸਨੇ ਆਪਣੇ ਆਪ ਆ ਕੇ ਰੇਲਵੇ ਟਰੈਕ ਤੇ ਆ ਕੇ ਰੇਲਵੇ ਟ੍ਰੇਨ ਦੇ ਮੂਹਰੇ ਆ ਕੇ ਆਪਣੀ ਜਿਹੜੀ ਆ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਬੇਟੇ ਦੀਪ ਸਿੰਘ ਨੇ ਦੱਸਿਆ ਕਿ ਜਦੋਂ ਇਹ ਘਟਨਾ ਹੋਈ ਤਾਂ ਉਹ ਸੌ ਰਿਹਾ ਸੀ। ਮੈਂ ਰੋਟੀ ਰਾਟੀ ਖਾ ਕੇ ਸੌ ਗਿਆ ਜੀ। ਉਸ ਤੋਂ ਬਾਅਦ ਜੀ ਮੈਂ ਜਦੋਂ ਉੱਬੜ ਵਾਈ ਉੱਠਿਆ ਤੇ ਮੇਰੀ ਮੰਮੀ ਨੀਚੇ ਪਈ ਸੀ, ਮੇਰਾ ਡੈਡੀ ਉੱਪਰ ਬੈਡ ਤੇ ਐਵੇਂ ਪਿਆ ਸੀ, ਖੂਨ ਬਹੁਤ ਡੁੱਲਿਆ ਹੋਇਆ ਸੀ। ਫਿਰ ਜੀ ਮੈਂ ਜਿਹੜੇ ਵੀਰੇ ਨਾਲ ਦੁੱਧ ਪਾਉਣ ਜਾਂਦਾ ਮੈਂ ਉਹਦੇ ਕੋਲ ਜਾ ਕੇ ਬੁਲਾਇਆ ਸੀ ਉਹਨੂੰ, ਫਿਰ ਉਹਨੇ ਜੀ ਪੁਲਿਸ ਨੂੰ ਕਿੱਥੇ ਬੁਲਾਇਆ। ਨਾਜਾਇਜ਼ ਸਬੰਧਾਂ ਦੀ ਅੱਗ ਵਿੱਚ ਭਜਨ ਸਿੰਘ ਆਪ ਤਾਂ ਸੜਿਆ ਹੀ, ਨਾਲ ਹੀ ਆਪਣੀ ਪ੍ਰੇਮਿਕਾ ਦੇ ਘਰ ਨੂੰ ਵੀ ਤਬਾਹ ਕਰ ਦਿੱਤਾ। ਨਾਜਾਇਜ਼ ਸਬੰਧਾਂ ਨੂੰ ਲੈ ਕੇ ਹੋਏ ਇਸ ਦੋਹਰੇ ਹੱਤਿਆਕਾਂਡ ਦਾ ਖਾਮਿਆਜ਼ਾ ਹੁਣ ਭਜਨ ਸਿੰਘ ਅਤੇ ਭੁਪਿੰਦਰ ਕੌਰ ਦੋਨਾਂ ਦੇ ਪਰਿਵਾਰਾਂ ਨੂੰ ਪੂਰੀ ਉਮਰ। ਸਵੇਰੇ ਦੁਆਨ ਸਾਹਿਬ ਲਾਉਣ ਗਿਆ ਹਲੇ ਪਾਣੀ ਬੰਬੀ ਦਾ, ਤੂੰ ਆ ਕੇ ਦੱਸਿਆ ਮੈਨੂੰ ਵੀ ਉੱਥੇ ਇੱਕ ਲਾਸ਼ ਆ ਰਹੀ ਆ, ਤੇ ਮੈਂ ਜਾ ਕੇ ਥਾਣੇ ਰਿਪੋਰਟ ਦਿੱਤੀ ਆ ਤੇ ਪੁਲਿਸ ਉੱਥੇ ਆ ਗਈ ਆ ਆਪਣੀ ਕਾਰਵਾਈ ਕਰਨ ਲਈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਜਲਦ ਹੀ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨ ਲੱਗੀ, ਪਰ ਸ਼ਵ ਜਲ ਜਾਣ ਦੇ ਕਾਰਨ ਪੁਲਿਸ ਇਸ ਦੀ ਪਛਾਣ ਨਹੀਂ ਕਰ ਪਾ ਰਹੀ। SSP ਗੁਰਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਸ਼ਵ ਦੀ ਪਛਾਣ ਕਰਕੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਇਹ ਇਦਾਂ ਜਾਪਦਾ ਜਿਵੇਂ ਕੋਈ ਆਸ਼ਕੀ ਚੱਕਰ ਹੁੰਦਾ ਹੈ, ਅਜੇ ਤੱਕ ਡੈਡੀ ਬੋਡੀ ਆਈਡੈਂਟੀਫਾਈ ਨਹੀਂ ਹੋਈ ਹੈਗੀ, ਇਸ ਲਈ ਥੋੜੀ ਜੀ ਟ੍ਰੇਸ ਕਰਨ ਵਾਲੀ ਪ੍ਰੋਬਲਮ ਆ ਰਹੀ ਆ। ਜਿੱਦਾਂ ਨਾਲ ਦੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਵੀ ਡੈਡ ਬੋਡੀ ਟ੍ਰੇਸ ਹੋ ਜਾਏ ਤੇ ਪਤਾ ਲੱਗ ਸਕੇ ਵੀ ਕਿੱਥੋਂ ਤੇ ਕਿਤੇ ਕਿਹਨੇ ਲਿਆ ਕੇ ਸਿੱਟਿਆ। ਪੁਲਿਸ ਇਸ ਹੱਤਿਆ ਨੂੰ ਪ੍ਰੇਮ ਪ੍ਰਸੰਗ ਦੇ ਨਾਲ ਵੀ ਜੋੜ ਕੇ ਦੇਖ ਰਹੀ ਹੈ। ਫਿਲਹਾਲ ਸ਼ਵ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ। ਬਾਹਰ ਕਾਰ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਦੇ ਪੌਸ਼ ਇਲਾਕੇ ਮਾਲਵੇ ਰੋਡ ਤੇ ਇਹ ਘਟਨਾ ਉਸ ਸਮੇਂ ਹੋਈ
ਜਦੋਂ ਪਹਿਲੀ ਪਤਨੀ ਆਪਣੇ ਪਤੀ ਦੇ ਦੂਜੇ ਵਿਆਹ ਦੀ ਖਬਰ ਸੁਣ ਕੇ ਉਸ ਦੇ ਘਰ ਦੇ ਬਾਹਰ ਪਹੁੰਚੀ। ਪਹਿਲੀ ਪਤਨੀ ਹੀਨਾ ਮਹਿਰਾ ਦਾ ਇਲਜ਼ਾਮ ਹੈ ਕਿ ਉਹ ਬਿਨਾਂ ਤਲਾਕ ਲਏ ਬਿਨਾਂ ਆਪਣੇ ਪਤੀ ਦੇ ਦੂਜੇ ਵਿਆਹ ਦੀ ਖਬਰ ਸੁਣ ਕੇ ਆਪਣੇ ਸਹੁਰੇ ਘਰ ਆਈ ਸੀ, ਪਰ ਉਸ ਨੂੰ ਘਰ ਦੇ ਬਾਹਰ ਵੇਖਦੇ ਹੀ ਬੁੱਖ ਲਾਏ ਪਤੀ ਨੇ ਉਸ ਤੇ ਕਾਰ ਚੜਾ ਦਿੱਤੀ। ਇੰਸੀਡੈਂਟ ਇਹ ਹੁਆ ਕਿ ਮੈਂ ਇਨਕੇ ਘਰ ਗਈ ਪਤਾ ਕਰਨੇ ਕਿ ਜੋ ਮੇਰੇ ਕੋ ਨਿਊਜ਼ ਮਿਲੀ ਹੈ, ਜੋ ਮੈਂ ਦੇਖਾ ਹੈ ਵੋ ਸੱਚ ਹੈ, ਲੜਕੀ ਇੱਕ ਹੈ ਚੂੜੇ ਵਾਲੀ, ਔਰ ਵਹੀ ਹੁਆ ਯੇ ਲੋਗ ਇਨ ਲੋਗੋਂ ਕੀ ਅਚਾਨਕ ਨਜ਼ਰ ਮੇਰੇ ਪਰ ਚਲੀ, ਮੈਂ ਗਲੀ ਕੇ ਅੰਦਰ ਜਾ ਰਹੀ ਥੀ, ਇਸਨੇ ਯੇ ਗਾੜੀ ਲੇਕਰ ਘਰ ਕੇ ਅੰਦਰ ਆ ਰਹਾ ਥਾ, ਤੋ ਮੈਨੇ ਜੈਸੇ ਹੀ ਇਸਕੀ ਤਰਫ ਭਾਗੀ, ਇਸਨੇ ਗਾੜੀ ਮੇਰੇ ਪਰ ਚਲਾਨੇ ਕੀ ਕੋਸ਼ਿਸ਼ ਕੀ, ਚੜ੍ਹਾ ਦੀ, ਔਰ ਦੋ ਵਿਟਨੈਸ ਹੈ, ਯੇ ਅੰਕਲ ਇਨ ਲੋਗੋਂ ਨੇ ਮੁਝੇ ਬਚਾਨੇ ਕੀ ਕੋਸ਼ਿਸ਼ ਕੀ, ਜਬ ਇਸਨੇ ਸ਼ੀਸ਼ੇ ਸੇ ਮੇਰੇ ਹੱਥ ਪਰ ਅਟੈਕ ਕਰ ਦਿਆ, ਔਰ ਭਾਗਨੇ ਕੀ ਕੋਸ਼ਿਸ਼ ਕੀ, ਜਬਕਿ ਕਾਲਨੀ ਵਾਲੇ ਵਹਾਂ ਸਭ ਨੇ ਇਸਕੋ ਪਕੜ ਲਿਆ, ਔਰ ਫਿਰ ਪੁਲਿਸ ਆ ਗਈ। ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਨੇੜਿਓਂ ਕੁਝ ਲੋਕ ਗੁਜ਼ਰ ਰਹੇ ਸਨ। ਮੌਕੇ ਤੇ ਦੇਖਣ ਵਾਲੇ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਉਸ ਦਾ ਪਤੀ ਕਾਰ ਨਾਲ ਕੁਚਲਣ ਦੇ ਬਾਅਦ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਵਹਾਂ ਸੇ ਜਾ ਰਹਾ ਥਾ, ਮੈਨੇ ਲੜਕੀ ਕੋ ਦੇਖਾ, ਗਾੜੀ ਇਸਨੇ ਮਾਰੀ, ਮੈਨੇ ਕਹਿੰਦਾ ਐਕਸੀਡੈਂਟ ਹੁਆ, ਮੈਂ ਜੋ ਇਨਸਾਨੀਅਤ ਕੇ ਨਾਤੇ ਲੜਕੀ ਕੋ ਉਠਾ ਰਹਾ ਥਾ, ਇਤਨੇ ਮੇਂ ਲੜਕੀ ਉੱਠੀ, ਉਸਨੇ ਕੋ ਸ਼ੀਸ਼ਾ ਹੱਥ ਮੇਂ ਪਕੜਾ ਥਾ, ਇਸਕੋ ਮਾਰਨੇ ਲਗਾ, ਮੈਨੇ ਕਿਹਾ ਕਿਆ ਬਾਤ ਹੈ, ਲੜਕੀ ਬੋਲੀ ਅੰਕਲ ਜੀ ਇਸਕੀ ਦੂਸਰੀ ਸ਼ਾਦੀ ਕੀ ਹੈ, ਔਰ ਮੁਝੇ ਮਾਰ ਲਗਾ, ਨਾ ਮੈਂ ਲੜਕੀ ਕੋ ਜਾਣਤਾ, ਉਸਕਾ ਨਾਮ ਕਾ ਪਤਾ, ਮੁਝੇ ਕੋ ਨਾਮ ਕਾ ਬਾਪ ਬਾਪ ਤੱਕ ਸਭ ਪਤਾ, ਔਰ ਮੈਨੇ ਇਸ ਲੜਕੀ ਕੋ ਉਠਾਇਆ, ਉਸ ਲੜਕੀ ਕੋ ਮੈਨੇ ਕਿਹਾ ਭਾਗ ਜਾ ਯਾਰ, ਤੂੰ ਜਿੱਥੇ ਕਰ ਰਿਹਾ, ਉਸਕੋ ਮੈਂ ਪਕੜਾ, ਉਸਕੋ ਭਗਾ ਰਹਾ ਹੂੰ, ਉਹ ਭਾਗਾ ਨਹੀਂ ਹੈ। ਇਸੇ ਵਿਚਕਾਰ ਪੂਰੇ ਹਾਈ ਵੋਲਟੇਜ ਡਰਾਮੇ ਦੇ ਅਹਿਮ ਕਿਰਦਾਰ ਪੰਕਜ ਮਹਿਰਾ ਨੇ ਖੁਦ ਤੇ ਲੱਗੇ ਇਲਜ਼ਾਮ ਨੂੰ ਝੂਠਾ ਦੱਸਦੇ ਹੋਏ ਹਿਨਾ ਦੇ ਪਰਿਵਾਰਕ ਮੈਂਬਰਾਂ ਤੇ ਕੁੱਟਮਾਰ ਦਾ ਇਲਜ਼ਾਮ ਲਗਾ ਦਿੱਤਾ। ਇਹ ਲੜਕੀ ਜੋ ਹੈ ਹਿਨਾ, ਇਸਕਾ ਫਾਦਰ, ਉਸਕੀ ਬੁਆ, ਬੁਆ ਕਾ ਬੇਟਾ, ਉਸਕੇ ਚਾਚਾ, ਇਹ ਸਭ ਲੋਕੋ ਨੇ ਇੰਟਰ ਮਾਰੀ ਹੈ ਮੇਰੀ ਗਾੜੀ, ਆਪ ਮੇਰੇ ਕੋਈ ਪਲੀਜ਼ ਆ ਕੇ ਵੈਰੀਫਾਈ ਕਰ ਲੈ, ਗਾੜੀ ਕੇ ਅੰਦਰ ਇੰਟਰ ਭਰੀ ਹੋਈ ਹੈ, ਮੇਰੀ ਹਾਲਤ ਦੇਖੇ ਆਪ ਤੋਂ ਪਤਾ ਚੱਲੇ, ਮੰਮਾ ਕੋ ਉਹਨਾਂ ਨੇ ਗਾੜੀ ਦੇ ਖਿੰਚਿਆ, ਇੰਟਰ ਮਾਰੀ ਗਾੜੀ ਕੇ ਮੇਰੇ ਫਾਦਰ ਕੋ ਜ਼ਮੀਨ ਤੇ ਲਗਾ ਕੇ ਪੈਰੋਂ ਪੇ ਠੁੱਡੇ ਮਾਰੇ, ਮੇਰੇ ਚਿਹਰੇ ਪੇ ਮਾਰਾ। ਇਸ ਵਿਚਕਾਰ ਮੌਕੇ ਤੇ ਪਹੁੰਚੀ ਪੁਲਿਸ ਦੋਸ਼ੀ ਪੰਕਜ ਮਹਿਰਾ ਅਤੇ ਉਸਦੀ ਪਤਨੀ ਨੂੰ ਪੁਲਿਸ ਥਾਣੇ ਚ ਲੈ ਆਈ ਅਤੇ ਦੋਵਾਂ ਦੀ ਸ਼ਿਕਾਇਤ ਸੁਣੀ। ਪੰਕਜ ਮਹਿਰਾ ਦਾ ਕਹਿਣਾ ਹੈ ਕਿ ਉਸਦਾ ਹਿਨਾ ਨਾਲ ਤਲਾਕ ਹੋ ਚੁੱਕਿਆ ਹੈ, ਜਦੋਂ ਕਿ ਹਿਨਾ ਤਲਾਕ ਦੀ ਗੱਲ ਨੂੰ ਝੂਠ ਦਾ ਪੁਲੰਦਾ ਦੱਸ ਰਹੀ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਪੰਕਜ ਵੱਲੋਂ ਮੁਹੱਈਆ ਕਰਵਾਏ ਗਏ ਤਲਾਕ ਦੇ ਕਾਗਜ਼ਾਂ ਦੀ ਵੀ ਜਾਂਚ ਕਰ ਰਹੀ ਹੈ। ਡਾਈਵੋਰਸ ਦੀ ਉਹਨਾਂ ਨੇ ਫੋਟੋ ਕਾਪੀ ਪੇਸ਼ ਕੀ ਹਮੇ, ਉਹ ਹਮ ਸੁਬਾ ਵੈਰੀਫਾਈ ਕਰਾਂਗੇ ਕੋਰਟ ਸੇ, ਡਾਈਵੋਰਸ ਸੱਚਾ ਹੈ ਜਾਂ ਨਕਲੀ ਕਾਗਜ਼। ਪੰਕਜ ਅਤੇ ਹਿਨਾ ਦਾ ਵਿਆਹ 2004 ਵਿੱਚ ਹੋਇਆ ਸੀ ਅਤੇ ਹਿਨਾ ਦਾ ਇਲਜ਼ਾਮ ਹੈ ਕਿ ਵਿਆਹ ਦੇ 6 ਮਹੀਨੇ ਬਾਅਦ ਹੀ ਉਸ ਨੂੰ ਦਾਜ ਲਈ ਤੰਗ ਕੀਤਾ ਜਾਣ ਲੱਗਾ। ਹਿਨਾ ਦਾ ਕਹਿਣਾ ਹੈ ਕਿ ਪੰਕਜ ਵੱਲੋਂ ਇਸ ਮਾਮਲੇ ਸਬੰਧੀ ਅਦਾਲਤ ਚ ਲਗਾਈ ਗਈ ਤਲਾਕ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ, ਜਦੋਂ ਕਿ ਉਸ ਵੱਲੋਂ ਆਪਣੇ ਪਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਕੀਤੇ ਗਏ ਦਾਜ ਦੇ ਮਾਮਲੇ ਵਿੱਚ ਅਜੇ ਅਦਾਲਤੀ ਕਾਰਵਾਈ ਚੱਲ ਰਹੀ ਹੈ। ਇਸ ਵਿਚਕਾਰ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਅੰਮ੍ਰਿਤਸਰ ਦੇ ਪੌਸ਼ ਇਲਾਕੇ ਮਾਲਵੀ ਰੋਡ ਤੇ ਹੋਈ ਪਤੀ ਪਤਨੀ ਦੀ ਭਿੜਤ ਦੀ ਪੂਰੇ ਇਲਾਕੇ लड़की 9वीं कक्षा की छात्रा है और उसकी उम्र महज 17 साल है। पुलिस ने इस मामले में 9 व्यक्तियों पर पर्चा दर्ज किया है। एसीपी जेएस गिल ने बताया है कि पुलिस ने 2 लड़कों और 3 लड़कियों को गिरफ्तार किया है, जबकि 2 युवक और 2 युवतियां मौके से फरार हो गए। अभी तक 2 मुंडिया ने गिरफ्तार किया है, 2 जड़े वो भजे हुए ने, 2 लड़कियां भजी हैं। सर एज की है लड़कियां? जेड़ी श्वेता उर्फ काजल है उसकी उम्र करीब 17 साल है, ਮਨਪ੍ਰੀਤ ਉਰਫ ਸੋਨੀਆ ਉਰਫ ਮਮਤਾ ਦੀ ਉਮਰ 28 ਸਾਲ ਹੈ। ਪਕੜੀ ਗਈ ਨਾਬਾਲਿਗ ਲੜਕੀ ਸ਼ਵੇਤਾ ਕਾ ਕਹਿਣਾ ਹੈ ਕਿ ਸੋਨੀਆ ਹੀ ਉਸੇ ਯੇ ਕਾਮ ਕਰਵਾਤੀ ਥੀ ਔਰ ਉਸੇ ਮਹਿਜ਼ 500 ਯਾ 1000 ਰੁਪਿਆ ਦਿਆ ਜਾਤਾ ਥਾ, ਜਬਕਿ ਬਾਕੀ ਪੈਸੇ ਵਹ ਖੁਦ ਰਖ ਲੇਤੀ ਥੀ। ਕਾਮ ਕਰਵਾਇਆ ਰਹਿੰਦਾ ਮੇਰੇ ਕੋ ਸੋਨੀਆ 500 ਰੁਪਿਆ ਆਪ ਵੱਧ ਲੈਂਦੀ
उधर पकड़ी गई सरगना सोनिया का कहना है कि वह खुद जरूर जिस्म फरोशी का धंधा करती है, लेकिन उसने किसी को इस धंधे में नहीं धकेला है। बहरहाल पुलिस अब इस पूरे मामले में फरार आरोपियों को पकड़ने का प्रयास कर रही है, लेकिन एक नाबालिग लड़की के इस धंधे में पकड़े जाना समाज के मुंह पर तमाचे के समान है, जो मासूम बच्चियों को भी ऐसे धंधे में उतारने से गुरेज नहीं। जख्मी हो गया। घटना दौरान ए औरत अपने परिवारिक मेंबरां दे नाल बाजार जा रही सी। हादसे विच बाल बाल बचे व्यक्ति सुखा ने दस्या कि जदों उस उते ए आसमानी बिजली डिगी ते ओ औरत तो थोड़ी दूरी ते सी, इसलिए उसका बचा हो गया। अही काम नु जानदा है दोवे इदो ते मैं राज पेशाब कंडा पिया ते ए गां नंगी थोड़ा जा ते मैं गां वेख्या जाके ते उथे आसमानी बिजली पै गई आ ते ए डिग पई आ ते मैं नठा गया वा इधरों ते कल्ले को नहीं चुकी गई ते मैं मुड़ के आण के पिंड हाल बारे कीती आ ਤੇ ਜੀ ਨੱਠੇ ਗਏ ਨੇ ਤੇ ਇੱਕ ਲੱਖੂਵਾਲ ਦਾ ਬੰਦਾ ਉਹਨੂੰ ਨਾਲ ਚਰਨ ਪੈ ਗਈ ਆ ਤੇ ਮੁੜ ਕੇ ਚੌਕੇ ਜਨਾਲੇ ਲੈ ਗਏ ਉੱਥੇ ਜਾਂਦੇ ਜਾਂਦੇ ਖਤਮ ਹੋ ਗਈ। ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀ ਗੁਰਮੀਤ ਸਿੰਘ ਨੂੰ ਉਪਚਾਰ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਏ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਔਰਤਾਂ ਕੈਦੀਆਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਵਰਤ ਰੱਖਿਆ। ਅੰਮ੍ਰਿਤਸਰ ਜੇਲ੍ਹ ਵਿਚ ਵੀ ਬੰਦ ਮਰਦ ਕੈਦੀਆਂ ਦੀਆਂ ਪਤਨੀਆਂ ਵੀ ਵਰਤ ਦੇ ਦਿਨ ਉਸ ਨੂੰ ਜੇਲ੍ਹ ਵਿਚ ਮਿਲਣ ਆਈ ਅਤੇ ਆਪਣੇ ਪਤੀ ਦੀ ਜਲਦ ਰਿਹਾਈ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਦੌਰਾਨ ਔਰਤ ਕੈਦੀਆਂ ਨੇ ਕਿਹਾ ਕਿ ਉਹ ਜਲਦ ਤੋਂ ਜਲਦ ਬਾਹਰ ਜਾ ਕੇ ਵੀ ਪਹਿਲਾਂ ਵਾਂਗ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਵਰਤ ਰੱਖਣਾ ਚਾਹੁੰਦੀ ਏ। ਬਾਕੀ ਮਹਾਰਾਜ ਸਨ ਬਾਹਰ ਖੜੇ ਤੇ ਬਾਹਰ ਜਾ ਕੇ ਵੇਖੀ ਉਹ ਵਰਤ ਰੱਖੀਏ ਆਪਣੇ ਜੀਵਨ ਵਿਚ ਇੱਥੇ ਤਾਂ ਦੁੱਖ ਹੈਗਾ ਹੀ ਹੈ ਪਰ ਅਗਲੀ ਆਉਂਦੇ ਸਾਨੂੰ ਅਸੀਂ ਕਹਿੰਦੇ ਹਾਂ ਕਿ ਬਾਹਰ ਜਾ ਕੇ ਅਸੀਂ ਵਰਤ ਰੱਖੀਏ ਇੰਜੋਏ ਕਰੀਏ। ਕਰਵਾ ਚੌਥ ਲਈ ਜੇਲ੍ਹ ਪ੍ਰਸ਼ਾਸਨ ਦੁਆਰਾ ਖਾਸ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਔਰਤ ਅਤੇ ਮਰਦ ਕੈਦੀਆਂ ਨੂੰ ਆਪਸ ਵਿਚ ਮਿਲਵਾਇਆ ਗਿਆ ਅਤੇ ਵਰਤ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਅੰਮ੍ਰਿਤਸਰ ਜੇਲ੍ਹ ਦੇ ਪ੍ਰਧਾਨ ਬੀਐਸ ਗਿੱਲ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਤਿਉਹਾਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਅੱਜ ਦੇ ਦਿਨ ਤੇ ਕਰਵਾ ਚੌਥ ਦਾ ਵਰਤ ਰੱਖਦੀਆਂ ਔਰਤਾਂ ਇਸ ਦੇ ਸਬੰਧ ਵਿਚ ਜੇਲ੍ਹ ਚ ਇਨ੍ਹਾਂ ਨੂੰ ਸਪੈਸ਼ਲ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ। ਇਨ੍ਹਾਂ ਦੇ ਇਜਾਜ਼ਤ ਪੈਣ ਨੂੰ ਮਿਲਣ ਦੀ ਪੂਰੀ ਖੁੱਲ ਆ ਤਾਂ ਜੋ ਉਹਨਾਂ ਆਪਣਾ ਕਰਵਾ ਚੌਥ ਦੀ ਰਸਮਾਂ ਅਦਾ ਕਰ ਸਕਣ। ਹਾਲਾਂਕਿ ਜੇਲ੍ਹ ਵਿਚ ਬੰਦ ਔਰਤਾਂ ਅਚਾਨਕ ਨਿਕਲਣ ਉਤੇ ਆਪਣੇ ਪਤੀ ਦਾ ਦੀਦਾਰ ਨਹੀਂ ਕਰ ਸਕਣਗੀਆਂ ਕਿਉਂਕਿ ਜੇਲ੍ਹ ਵਿਚ ਇਹ ਵਿਵਸਥਾ ਸਿਰਫ ਦਿਨ ਵੇਲੇ ਹੀ ਕੀਤੀ ਗਈ ਸੀ, ਪਰ ਇਸ ਤਿਉਹਾਰ ਦੇ ਦਿਨ ਔਰਤਾਂ ਆਪਣੇ ਪਤੀਆਂ ਨਾਲ ਮਿਲ ਕੇ ਖੁਸ਼ ਸਨ ਅਤੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰ ਰਹੀ। ਅੰਗਰੇਜ ਸਿੰਘ ਨੇ ਦੱਸਿਆ ਹੈ ਕਿ ਇਹ ਸਮਗਲਰ 5 ਗੱਡੀਆਂ ਵਿਚ ਸਮਗਲਿੰਗ ਦਾ ਕੰਮ ਕਰਦੇ ਸੀ ਅਤੇ ਇਨ੍ਹਾਂ ਚੋਂ 1 ਟਰੱਕ, 2 ਟੈਂਪੂ ਟਰੈਵਲ, 2 ਕੁਆਲਿਸ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ। 10-11 ਵੱਖ ਵੱਖ ਨਾਕੇ ਲਾਏ ਸੀ। ਇਨ੍ਹਾਂ ਨਾਕਿਆਂ ਦੌਰਾਨ 5 ਗੱਡੀਆਂ ਜਿਨ੍ਹਾਂ ਵਿਚੋਂ 1 ਟਰੱਕ, 2 ਟੈਂਪੂ ਟਰੈਵਲਰ, 2 ਕੁਆਲਿਸ, ਇਨ੍ਹਾਂ ਵਿਚੋਂ ਸਵਾਰ 10 ਸਮਗਲਰ ਜਿਨ੍ਹਾਂ ਦੇ ਟੋਟਲ ਜਿਹੜੀ ਹੈ ਭੁੱਕੀ ਨਾਲ ਲੱਗੀਆਂ ਹੋਈਆਂ ਸੀ। ਟੋਟਲ 70 ਬੋਰੀਆਂ ਇਨ੍ਹਾਂ ਤੋਂ ਬਰਾਮਦ ਹੋਈ ਹੈ। ਪੁਲਿਸ ਦੁਆਰਾ ਬਰਾਮਦ ਕੀਤੀ ਗਈ ਚੂਰਾ ਪੋਸਟ ਦੀ ਕੀਮਤ ਕਰੀਬ 36 ਲੱਖ ਰੁਪਏ ਹੈ। ਪੁਲਿਸ ਨੇ ਮੰਗਲਵਾਰ ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਇਨ੍ਹਾਂ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਇਸ ਸਾਲ ਦੀ ਪੁਲਿਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਸਾਲ ਦੇ ਵਿਚ ਕਦੇ ਵੀ ਏਡੀ ਵੱਡੀ ਤਾਦਾਦ ਵਿਚ ਨਾ ਕਦੇ ਭੁੱਕੀ ਫੜ ਗਈ, ਨਾ ਇੰਨੀਆਂ ਗੱਡੀਆਂ ਤੇ ਨਾ ਹੀ ਇੰਨੇ ਟੋਟਲ ਬੰਦੇ ਫੜ ਗਏ। ਟੋਟਲ 10 ਸਮਗਲਰ
ਜਿਹੜੇ ਜਲੰਧਰ ਵਿੱਚ ਸਾਰੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਿੱਚ ਜਿਹੜੇ ਸਾਰੇ ਭੁੱਕੀ ਸਪਲਾਈ ਕਰਦੇ ਸੀ ਇਹ ਦਸੇ ਵਿਦੇਸ਼ੀ ਸਮਗਲਰ ਗ੍ਰਿਫਤਾਰ ਹੋਇਆ ਇਹਨਾਂ ਦੀ ਪੁੱਛਗਿੱਛ ਕਾਫੀ ਹੋਰ ਅੱਗੇ ਆਈ। ਪੁਲਿਸ ਹੁਣ ਇਨ੍ਹਾਂ ਕੋਲੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਚੂਰਾ ਪੋਸਟ ਇਹ ਲੋਕ ਕਿੱਥੋਂ ਲੈ ਕੇ ਆ ਰਹੇ ਸਨ ਅਤੇ ਇਸ ਨੂੰ ਕਿੱਥੇ ਕਿੱਥੇ ਸਪਲਾਈ ਕੀਤਾ ਜਾ ਰਿਹਾ। ਜੀ ਅੱਜ ਸਾਡੇ ਨਾਲ ਬਹੁਤ ਬੁਰੀ ਬਣੀ ਹੈ ਜੀ, ਬੇਜਸਤੀ ਹੋਈ ਹੈ ਸਾਡੇ ਨਾਲ। ਪਹਿਲਾਂ ਸਾਡੇ ਘੋੜੇ ਮਗਰ ਪਾਦੇ ਜੀ, ਫਿਰ ਅਸੀਂ ਨਰਮਿਆਂ ਚ ਬਣ ਗਈਆਂ, ਫਿਰ ਗੁਰਦਾਸ ਨੇ ਇੱਕ ਤਾਂ ਉਹਨੇ ਚੋਰ ਕੇ ਹੈ ਕਹਿੰਦਾ ਬੁੜੀਆਂ ਨੂੰ ਸਿੱਧ ਲਓ, ਇਹਨਾਂ ਦੀ ਮਾਂ ਦੀ ਕਹਿੰਦਾ ਇਹਨਾਂ ਦੀ ਭੈਣ ਦੀ ਲੇਡੀ ਬੁਲਸਾਇਆ ਜੀ ਪਰਾ ਖੜਾ ਦੀਆ ਆਪ ਬੰਦੇ ਨੇ ਕੁੱਟੀਆਂ ਜੀ। ਅੱਜ ਫਿਰ ਡੀ ਸੀ ਨੇ ਕਿਹਾ ਜੀ, ਕਹਿੰਦਾ ਦੇਖ ਲੋ ਭੈਣ ਚੋਦੀਆਂ ਨੂੰ, ਕਹਿੰਦਾ ਇਹਨਾਂ ਨੂੰ ਤੈਨੂੰ ਚਾਰ ਵਾਰੀ ਕਿਹਾ ਜੀ, ਅੱਜ ਨਰਮਿਆਂ ਚ ਰੁਕਿਆ ਨਰਮਿਆਂ ਚ ਭਾਲ ਭਾਲ ਕੁੱਟੀਆਂ ਜੀ। ਐ ਜਮਾਂ ਡੀਸੀ ਲਵੇ ਖੜਕੇ ਕਟਾਇਆ, ਡੀਸੀ ਨੇ ਜਮਾਂ ਲਵੇ ਖੜਕੇ ਕਟਾਇਆ ਜੀ, ਅਜਾ ਤੱਕ ਕੋਈ ਸ਼ੋਰ ਨੀ ਚੱਲਿਆ ਜੀ। ਅਸੀਂ ਚਿੱਕ ਨੀ ਚੱਕੇ ਜਦੋਂ ਬੈਗ ਦੂਰਾ ਸੀ, ਨਾ ਕਰੋਧ ਸਾਡੇ ਦਾ ਅੱਜ ਮਰਜ਼ੀ ਹੈ, ਜਦੋਂ ਬਾਦਲ ਦਾ ਸਿਰ ਨਾਕਾ ਸੀ ਅਜਾ, ਅਸੀਂ ਅੱਜ ਬਾਦਲ ਦਾ ਪੂਰਾ ਬਰੂਦਾ ਅੱਜ ਉਹਦੇ ਨੂੰਹਾਂ ਨੂੰ ਕੀ ਕਰਾਂਗੇ ਜਦੋਂ ਸਾਡੇ ਨਾਲ ਦੁਨੀਆਂ ਬਤਾ ਕੇ ਸਾਡੇ ਨਾਲ ਧੋਖਾ ਕਮਾਰੀ ਹੈ। ਅੱਜ ਬਾਲਾ ਕੁਛ ਕਰਿਆ ਜੀ ਸਾਡੇ ਨਾਲ ਦਾ।